ਮੂਨ ਪੰਡਰੀ ਦੀ ਕਹਾਣੀ ਮਟਕਨ ਲਾਲ ਖੋਜਾ ਮਟਕਨ ਲਾਲ ਖੋਜੇ ਦੀ ਹਾਲਤ ਹੁਣ ਉਸ ਪਹਿਲਵਾਨ ਵਰਗੀ ਸੀ ਜਿਨੇ ਅਖਾੜੇ ਚ ਵੜਨ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੋਵੇ ਅੱਜ ਉਹਦਾ ਹੱਟ ਤੇ ਬੈਠੇ ਦਾ ਜੀ ਨਹੀਂ ਸੀ ਲੱਗ ਰਿਹਾ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ ਤੇ ਕੀ ਨਾ ਕਰੇ ਉਹਨੇ ਘੜੇ ਚੋਂ ਕੱਢ ਕੇ ਠੰਡੇ ਪਾਣੀ ਦੇ ਕਈ ਗਲਾਸ ਪੀਤੇ ਪਰ ਮਨ ਨੂੰ ਸ਼ਾਂਤੀ ਫੇਰ ਨਹੀਂ ਆਈ ਉਹਨੂੰ ਲੱਗਿਆ ਜਿਵੇਂ ਉਹਦੀ ਚਰਬੀ ਢਲ ਰਹੀ ਹੋਵੇ ਧੁਰੰਦਰ ਕਾਲਜੇ ਨੂੰ ਅੱਗ ਲੱਗ ਗਈ ਹੋਵੇ ਅੱਜ ਉਹਦੀਆਂ ਅੱਖਾਂ ਮਸ਼ਾਲਾ ਵਾਂਗ ਬਲ ਰਹੀਆਂ ਸਨ ਉਹਨੂੰ ਆਪਣੇ ਆਪ ਚੋਂ ਸੇਕ ਆ ਰਿਹਾ ਸੀ ਉਹ ਗੱਡੀ ਤੇ ਬੈਠਾ ਏਉਂ ਔਖ ਮਹਿਸੂਸ ਕਰ ਰਿਹਾ ਸੀ ਜਿਵੇਂ ਗੱਡੀ ਨਾ ਹੋਵੇ ਸੂਲਾਂ ਦੀ ਸੇਜ ਹੋਵੇ ਤੇ ਜਦੋਂ ਗੱਡੀ ਦੇ ਪਾਸੇ ਮਾਰਦਾ ਮਾਰਦਾ ਥੱਕ ਗਿਆ ਤਾਂ ਉੱਠ ਖੜਾ ਹੋਇਆ ਹਟਦਾ ਦਰਵਾਜ਼ਾ ਬੰਦ ਕੀਤਾ ਸਿੱਧਾ ਘਰੋਂ ਤੁਰ ਪਿਆ ਤੁਰਦਾ ਗਿਆ ਤੁਰਦਾ ਗਿਆ ਸੋਚਦਾ ਗਿਆ ਸੋਚਦਾ ਗਿਆ ਕਦੇ ਆਪਣੇ ਬਾਰੇ ਕਦੇ ਆਪਣੇ ਪਿਓ ਬਾਰੇ ਆਖਰ ਗਲਤੀ ਕੀ ਦੀ ਐ ਉਹਦੀ ਸੋਚ ਨੇ ਜਿਵੇਂ ਆਖਰੀ ਫੈਸਲਾ ਕਰਨਾ ਚਾਹਿਆ ਮੋੜ ਤੇ ਆ ਕੇ ਰੁਕ ਗਿਆ ਸੋਚਦਾ ਰਿਹਾ ਸੋਚਦਾ ਰਿਹਾ ਬਹੁਤ ਮਨ ਸਮਝਾਇਆ ਗਲਤੀ ਭਾਵੇਂ ਕਿਸੇ ਦੀ ਹੋਵੇ ਪਰ ਹੁਣ ਸਵਾਲ ਬੇਇੱਜ਼ਤੀ ਦਾ ਹੈ ਮੇਰੇ ਬਾਪ ਦੀ ਬੇਇੱਜ਼ਤੀ ਮੇਰੀ ਬੇਇੱਜ਼ਤੀ ਹੈ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਹੈ ਕਾਸ਼ ਕਦੇ ਮੇਰਾ ਬਾਪ ਵੀ ਇਸ ਤਰ੍ਹਾਂ ਸੋਚ ਲੈਂਦਾ ਮਟਕਣ ਦੀ ਸੋਚ ਨੇ ਹੌਕਾ ਲਿਆ ਸੋਚਦਾ ਸੋਚਦਾ ਉਹ ਘਰ ਜਾਣ ਦੀ ਬਜਾਏ ਸ਼ਹਿਰ ਤੋਂ ਬਾਹਰ ਨਿਕਲ ਗਿਆ ਉਹ ਬੜੀ ਦੂਰ ਨਿਕਲ ਆਇਆ ਪਰ ਉਹਨੇ ਲੰਮੀ ਵਾਟ ਬਿਲਕੁਲ ਮਹਿਸੂਸ ਨਾ ਕੀਤੀ ਉਹ ਤਾਂ ਸਗੋਂ ਦੂਰ ਨਿਕਲ ਜਾਣਾ ਚਾਹੁੰਦਾ ਸੀ ਬਹੁਤ ਦੂਰ ਜਿੱਥੇ ਕਿਤੇ ਬਾਪ ਆਪਣੇ ਪੁੱਤਾਂ ਨਾਲ ਇਸ ਤਰ੍ਹਾਂ ਧਰੋ ਨਾ ਕਰਦੇ ਹੋਣ ਜਿਹੋ ਜਿਹਾ ਧਰੋ ਅਜ ਮਟਕਣ ਲਾਲ ਦੇ ਪਿਓ ਨੇ ਉਸ ਨਾਲ ਕਮਾਇਆ ਸੀ ਉਹ ਨਵੇਕਲੀ ਜੀ ਥਾਂ ਵੇਖ ਕੇ ਬੈਠ ਗਿਆ ਤੇ ਆਪਣੀ ਹੁਣ ਤੱਕ ਬੀਤੀ ਜ਼ਿੰਦਗੀ ਬਾਰੇ ਸੋਚਣ ਲੱਗਾ ਅਜੀਬ ਜ਼ਿੰਦਗੀ ਸੀ ਉਹਦੀ ਮੁੱਢ ਤੋਂ ਦੁੱਖਾਂ ਭਰੀ ਜ਼ਿੰਦਗੀ ਕਹਿੰਦੇ ਨੇ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿਮਾ ਇਹੋ ਹਾਲ ਮਟਕਣ ਲਾਲ ਖੋਜੇ ਦਾ ਸੀ ਮੁੱਢ ਤੋਂ ਲੱਗੇ ਹੁਣ ਤੱਕ ਦੁੱਖਾਂ ਭਰੀ ਜ਼ਿੰਦਗੀ ਉਹਦੀਆਂ ਅੱਖਾਂ ਸਾਹਮਣੇ ਗਲੋਟੇ ਵਾਂਗ ਉੱਧੜਨ ਲੱਗੇ। ਪਲੇਠੀ ਦਾ ਤੇ ਲਾਡਲਾ ਪੁੱਤ ਹੋਣ ਕਰਕੇ ਉਹਦੀਆਂ ਆਦਤਾਂ ਖਰਾਬ ਹੋ ਗਈਆਂ ਸਨ। ਰੋਜ਼ ਨਿਆਣਿਆਂ ਤੋਂ ਕੁੱਟ ਖਾਉਂਦਾ। ਮਾਂ ਪਿਓ ਦੇ ਪਿੱਛੇ ਗਵਾਂਡੀਆਂ ਨਾਲ ਲੜ-ਲੜ ਥੱਕ ਗਏ ਸਨ। 7ਵੀਂ ਤੇ 8ਵੀਂ 'ਚੋਂ ਉਹਦੇ ਇੱਕ-ਇੱਕ ਵੇਰਾਂ ਫੇਲ ਹੋਣ ਕਰਕੇ ਉਹ ਹੋਰ ਵੀ ਦੁਖੀ ਹੋਏ ਸਨ। ਤੇ ਜਦੋਂ 9ਵੀਂ 'ਚ ਦਾਖਲ ਹੋਇਆ ਤਾਂ ਉਮਰ ਤਾਂ ਭਾਵੇਂ ਉਹਦੀ ਸਿਆਣੀ ਹੋ ਗਈ ਸੀ। ਪਰ ਮੁੰਡਿਆਂ ਨੂੰ ਕੌਣ ਸਮਝਾਵੇ? ਉਹਦੇ ਪਿੱਛੇ ਗੁੱਥਮ ਗੁੱਥਾ ਹੋ ਹੋ ਜਾਂਦਾ ਉਹਦੇ ਕਰਕੇ ਸਕੂਲ 'ਚ ਪਾਰਟੀ ਬਾਜੀ ਹੋ ਗਈ ਇੱਕ ਵੇਰਾਂ ਤਾਂ ਨੌਬਤ ਇੱਥੋਂ ਤੱਕ ਆਪਜੀ ਕਿ ਦੋਹਾਂ ਧੜਿਆਂ ਦੀਆਂ ਦੀ ਫੱਟੀਆਂ ਨਾਲ ਲੜਾਈ ਹੋਈ ਫੱਟੀਆਂ ਟੁੱਟ ਗਈਆਂ ਕਈਆਂ ਦੇ ਸਿਰ ਪਾਟ ਗਏ ਉਸ ਦਿਨ ਕਿੰਨੀਆਂ ਅਫਵਾਹਾਂ ਉੱਡੀਆਂ ਸਨ ਉਹਦੇ ਬਾਰੇ ਉਹਦੇ ਮਾਪੇ ਸੁਣ ਸੁਣ ਸ਼ਰਮਸਾਰ ਹੋ ਰਹੇ ਸਨ ਕਈ ਦਿਨ ਘਰੋਂ ਬਾਹਰ ਨਹੀਂ ਸੀ ਨਿਕਲਿਆ ਤੇ ਅਖੀਰ ਸਕੂਲ ਛੱਡਣਾ ਪੈ ਗਿਆ ਸੀ ਉਹਨੂੰ ਮਟਕਣ ਦਾ ਜ਼ਿੰਦਗੀ ਦਾ ਪਹਿਲਾ ਪੱਕ ਸੀ ਮਟਕਣ ਲਾਲ ਖੋਜਾ ਹੁ 7ਵੇਂ ਬਰੇਜ ਪੈਰ ਧਰਨ ਲੱਗਾ ਸੀ ਪੂਰੇ 27 ਵਰੇ ਉਹ ਹੈਰਾਨ ਹੋ ਰਿਹਾ ਸੀ ਉਹ ਬਥੇਰੀ ਕੋਸ਼ਿਸ਼ ਕਰਦਾ ਕਿ ਭੁੱਲ ਜਾਏ ਆਪਣੀ ਐਡੀ ਵੱਡੀ ਉਮਰ ਪਰ ਹਾਈ ਉਹਦੀ ਜਨਮ ਪੱਤਰੀ ਉਹਦਾ 8ਵੇਂ ਦਾ ਸਰਟੀਫਿਕੇਟ ਉਹਦੀਆਂ ਅੱਖਾਂ ਸਾਹਮਣੇ ਉੱਪਰ ਉੱਪਰ ਕੇ ਆ ਰਹੇ ਸਨ ਜਿਵੇਂ ਉਹਦੇ ਮੂੰਹ ਤੇ ਉਹਦੇ ਮਾਨ ਹੋਈਆਂ ਝੁਰੜੀਆਂ ਦਾ ਮੂੰਹ ਚੜਾ ਰਹੇ ਹੋਣ ਤੇ ਪੁਕਾਰ ਪੁਕਾਰ ਕੇ ਕਹਿ ਰਹੇ ਹੁਣ ਮਟਕਣ ਹੋਸ਼ ਕਰ ਹੁਣ ਤੂੰ ਬੱਚਾ ਨਹੀਂ ਰਿਹਾ ਪੂਰੇ 27 ਵਰਿਆਂ ਦਾ ਬੁੱਢ ਬਲੇਟ ਹੋ ਗਿਆ ਤੇ ਮਟਕਨ ਲਾਲ ਆਪਣੇ ਜਨਮ ਪੱਤਰੀ ਆਪਣਾ 8ਵੀਂ ਦਾ ਸਰਟੀਫਿਕੇਟ ਭਗਾ ਭਗਾ ਮਾਰਦਾ ਜਿਵੇਂ ਉਹਨੂੰ ਬੁਰੇ ਲੱਗ ਰਹੇ ਹੁਣ ਜੋ ਮੁੜ ਮੁੜ ਉਹਨੂੰ ਉਹਦੀ ਦਿਨ ਪਰ ਦਿਨ ਵੱਧਰੀ ਉਮਰ ਦਾ ਚੇਤਾ ਕਰਵਾ ਰਹੇ ਸਨ ਪੂਰੇ 27 ਬਰੇ ਉਹਦੇ ਅੰਦਰ ਜਿਵੇਂ ਕੰਬਾ ਛਿੜ ਰਿਹਾ ਹੋਵੇ ਉਹਦੇ ਦੋਵੇਂ ਹੱਥ ਉਹਦੀਆਂ ਕੋਰੀ ਹਾਂਡੀ ਵਰਗੀਆਂ ਗੱਲਾਂ ਤੇ ਡਿਗ ਡਿਗ ਪੈਂਦੇ ਜਿਵੇਂ ਹੁਣੇ ਆਪਣੀਆਂ ਗੱਲਾਂ ਛੀਟ ਸੁੱਟੇਗਾ ਆਪਣੇ ਬੁੱਲਾਂ ਨੂੰ ਬੁਲੁੰਦਰ ਦੇਗਾ ਤੇ ਆਪਣੀ ਲੰਬੂਤਰੀ ਠੋਡੀ ਨੂੰ ਗਾਜਰ ਵਾਂਗ ਲਾ ਸੁੱਟੇਗਾ ਹਕੀਮਾਂ ਤੇ ਡਾਕਟਰਾਂ ਦੇ ਦੱਸੇ ਨੁਸਖੇ ਵਰਤ ਵਰਤੋ ਅੱਕ ਗਿਆ ਸੀ ਸਰੋਂ ਦਾ ਤੇਲ ਰਲਿਆ ਮੱਕੀ ਦਾ ਆਟਾ ਮਲ-ਮਾਲਵਨੇ ਮੂੰਹ ਸੁਜਾਲਿਆ ਬਲੇਡ ਖਸਾਕ-ਖਸਾ ਕੇ ਉਹਨੇ ਗੱਲਾਂ ਛਿੱਲ ਲਈਆਂ ਪਰ ਵਾਲ ਕਹਿੰਦੇ ਸਨ ਪੁੱਤ ਮਟਕਣ ਖੋਜਿਆ ਤੇਰਾ ਦੇਣਾ ਹੀ ਕੀ ਐ ਫਿੱਟੇ ਮੂੰਹ ਸਾਡਾ ਤੇ ਤੇਰੇ ਮੂੰਹ ਤੇ ਆ ਜਾਈਏ ਉਮਰ ਉਹਦੀ 27 ਬਰੇ ਹੋ ਚੱਲੀ ਸੀ ਤੇ ਪਰ ਦਾੜੀ ਤੇ ਮੁੱਛਾਂ ਸਨ ਕਿ ਉਤਰਨ ਦਾ ਨਾਂ ਨਹੀਂ ਸੀ ਲੈਂਦੀਆਂ ਉਹ ਹੈਰਾਨ ਸੀ ਉਹਦੇ ਮਾਪੇ ਫਿਕਰਮੰਦ ਸਨ ਉਦੇ ਸ਼ਹਿਰ ਦੇ ਲੋਕ ਉਸ ਵੱਲ ਅੱਖਾਂ ਟੱਡ-ਟੱਡ ਵੇਖਦੇ ਸਨ ਗਬਰੂ ਮੁੰਡੇ ਉਹਨੂੰ ਅੱਖ ਮਾਰ-ਮਾਰ ਸ਼ਰਮਸਾਰ ਕਰ ਦਿੰਦੇ ਉਹ ਚੁੰਝਲਾ ਉੱਠਦਾ ਜ਼ਿੰਦਗੀ ਉਹਨੂੰ ਫਾਲਤੂ ਬੋਝ ਲੱਗਦੀ ਦਾੜੀ ਕਿੰਨੀ ਜ਼ਰੂਰੀ ਚੀਜ਼ ਐ ਇਹਦਾ ਇੱਕ ਵੇਰਾਂ ਆਉਣਾ ਜ਼ਰੂਰੀ ਐ ਫੇਰ ਭਾਵੇਂ ਕੋਈ ਰੱਖੇ ਜਾਂ ਨਾ ਰੱਖੇ ਮਟਕਣ ਲਾਲ ਸੋਚਦਾ ਇਸ ਤਰ੍ਹਾਂ ਸੋਚਦੇ ਆ ਸੋਚਦੇ ਆ ਮਟਕਣ ਲਾਲਤ ਦਾ ਰਹਿ ਗਿਆ ਬਸ ਇੱਕ ਪਿੰਜਰ ਜਿਹਾ ਆਖਰ ਉਹਨੂੰ ਹੋ ਕੀ ਗਿਆ ਸੀ ਉਹਦੇ ਮਾਪੇ ਸੋਚਦੇ ਰਹਿੰਦੇ ਫਿਕਰ ਕਰਦੇ ਰਹਿੰਦੇ ਸੋਚਦੇ ਸੋਚਦੇ ਲੰਮੇ ਬਹਿਣਾ 'ਚ ਬਹਿ ਜਾਂਦੇ ਉਹਨਾਂ ਸਾਹਮਣੇ ਮਟਕਨ ਦੀ ਜ਼ਿੰਦਗੀ ਦਾ ਸਵਾਲ ਸੀ ਖਾਨਦਾਨ ਦੀ ਇੱਜ਼ਤ ਦਾ ਸਵਾਲ ਸੀ ਆਪਣੀ ਜੜ੍ਹ ਹਰੀ ਰੱਖਣ ਦਾ ਸਵਾਲ ਸੀ ਰਿਸ਼ਤੇਦਾਰਾਂ ਦੇ ਪੈਰੀ ਉਹਦੀ ਮਾਂ ਨੇ ਚੁੰਨੀ ਧਰੀ ਸੀ ਉਹਦੇ ਪਿਓ ਨੇ ਪੱਗ ਧਰੀ ਸੀ ਵੀ ਕਿਵੇਂ ਮਟਕਨ ਲਾਲ ਨੂੰ ਕਿਤੇ ਨਾਤਾ ਹੋ ਜਾਏ ਉਹ ਮੰਗਿਆ ਜਾਏ ਪਰ ਮਟਕਨ ਲਾਲ ਨੂੰ ਕੋਈ ਨਾਤਾ ਚੜਨ ਚ ਹੀ ਨਹੀਂ ਸੀ ਆ ਰਿਹਾ ਇੰਨਾ ਠੰਡਾ ਪੈੜਾ ਤਾਂ ਕਦੇ ਕਿਸੇ ਦਾ ਨਹੀਂ ਵੇਖਿਆ ਉਦੀ ਮਾਂ ਝੂਰਦੀ ਰਹਿੰਦੀ ਆਪੇ ਬੜਬੜਾਉਂਦੀ ਰਹਿੰਦੀ ਉਹ ਮੜੀਆਂ ਸਮਾਧਾਂ ਤੇ ਚੜਾਵੇ ਚੜਾ ਚੜਾ ਆਉਂਦੀ ਅੱਥਨ ਸਵੇਰ ਖਵਾ ਜੇ ਤੇ ਦੀਵਾ ਰੱਖ ਕੇ ਆਉਂਦੀ ਬਰਮੇ ਪਾਣੀ ਪਾਉਂਦੀ ਦੇਵੀ ਦੇਵਤੇਆਂ ਮੂਰੇ ਸੋ ਸੋ ਸੁਖਣਾ ਸੁਖ ਦੀ ਪਰ ਕੋਈ ਵੀ ਸੁਖ ਵਰ ਆਉਂਦੀ ਨਜ਼ਰ ਨਹੀਂ ਸੀ ਆ ਰਹੀ ਜਿਵੇਂ 33 ਦੇ 33 ਕਰੋੜ ਦੇਵਤੇ ਉਹਨਾਂ ਤੇ ਕਰੋਪ ਹੋਣ ਫਿਰ ਉਹ ਪੁੜਪੁੜੀਆਂ ਤੇ ਹੱਥ ਰੱਖ ਰੱਖ ਸੋਚਦੀ ਮਤੇ ਉਹਨਾਂ ਪਹਿਲਾਂ ਕੋਈ ਸੁਖ ਸੁਖੀ ਹੋਵੇ ਤੇ ਪੂਰੀ ਨਾ ਕੀਤੀ ਹੋਵੇ ਦੇਵਤਾ ਜਾਂ ਕੋਈ ਬਾਬਾ ਵਿਚਾਰਾ ਏਸੀ ਕਰਕੇ ਅੜਿਆ ਬੈਠਾ ਹੋਵੇ ਤੇ ਮਟਕਣ ਲਾਲ ਨੂੰ ਰਿਸ਼ਤਾ ਚੜ੍ਹਨੋਂ ਰੋਕ ਰਿਆ ਹੋਵੇ ਪਰ ਜਈ ਕੋਈ ਗੱਲ ਉਹਨੂੰ ਯਾਦ ਨਹੀਂ ਸੀ ਆ ਰਹੀ ਸਗੋਂ ਤਾਂ ਇਸ ਗੱਲ ਦੀ ਬੜੀ ਪੱਕੀ ਸੀ ਕਿ ਸੁਖ ਵਾਰ ਆਵੇ ਜਾਂ ਨਾ ਆਵੇ ਪਰ ਲਾਉਂਦੀ ਜ਼ਰੂਰ ਉਹਨੂੰ ਪੱਕੀ ਤਰ੍ਹਾਂ ਯਾਦ ਹੈ ਜਦੋਂ ਵਿਆਹ ਹੋਣ ਤੋਂ 2 ਸਾਲ ਤੱਕ ਉਹਦੀ ਗੋਦ ਹਰੀ ਨਹੀਂ ਸੀ ਹੋਈ ਉਹਦੀ ਸੱਸ ਨੇ ਨੈਣਾ ਦੇਵੀ ਤੇ ਸੋਨੇ ਦਾ ਛਤਰ ਚੜਾਉਣਾ ਸੁਖਿਆ ਸੀ ਕਿ ਕਿਵੇਂ ਨਾ ਕਿਵੇਂ ਦੇਵੀ ਦੀ ਮਿਹਰ ਹੋਏ ਤੇ ਉਹਨਾਂ ਦੀ ਜੱਦ ਵਧੇ ਸੁਖ ਨਾਲ ਕੁਝ ਮਹੀਨੇ ਪਿੱਛੇ ਮਟਕਣ ਹੋਰਾਂ ਦੇ ਇਸ ਸੰਸਾਰ ਚ ਆਉਣ ਦੇ ਅਸਾਰ ਦਿਸਣ ਲੱਗ ਪਏ ਸਨ। ਉਸ ਵੇਲੇ ਸਾਰਾ ਟੱਬਾ ਸੋਨੇ ਦਾ ਛੱਤਰ ਚੜਾ ਕੇ ਆਇਆ ਸੀ। ਮਾਈ ਦੀਆਂ ਪੇਟਾਂ ਗਾਗਾ ਮਟਕਣ ਲਾਲ ਦੇ ਪਿਓ ਦਾ ਗळा ਬੈਠ ਗਿਆ। ਹੋਰ ਤਾਂ ਹੋਰ ਉਹਨੂੰ ਇਹ ਵੀ ਚੰਗੀ ਤਰ੍ਹਾਂ ਯਾਦ ਹੈ ਵੀ ਕਿਵੇਂ ਮਟਕਣ ਲਾਲ ਦਾ ਪਿਓ ਲੋਕਾਂ ਦੀ ਰਿਸ ਹੋ ਰਹੀ ਸੀ। ਕੋਲਾਂ ਵਾਲੇ ਟੋਬੇ ਤੋਂ ਡੰਡੌਤ ਬੰਦਨਾ ਕਰਦਾ ਮੰਦਰ ਤੱਕ ਪੁੱਜਿਆ ਸੀ। ਭਾਵੇਂ ਉਹਦੀ ਸੱਸ ਨੇ ਆਪਣੇ ਪੁੱਤ ਦੀ ਸੇਧ ਦਾ ਖਿਆਲ ਕਰਦੇ ਹਾਂ ਡੰਡੋਤ ਬੰਦਨਾ ਸੁਖੀ ਨਹੀਂ ਸੀ ਘਰ ਆ ਕੇ ਮਟਕਨ ਲਾਲ ਦਾ ਪਿਉ 15 ਦਿਨ ਮੰਜੇ ਤੇ ਪਿਆ ਰਿਆ ਸੀ ਉਹ ਆਪੇ ਉਹਦੇ ਮੰਜੇ ਥੱਲੇ ਤਸਲੇ 'ਚ ਅੱਗ ਪਾ ਪਾ ਰੱਖਦੀ ਰਹੀ ਸੀ ਉਹਦੀਆਂ ਲੱਤਾਂ ਕੁੱਟਦੀ ਰਹੀ ਸੀ ਪੁਰਾਣਾ ਲੋਗੜ ਗਰਮ ਕਰਕੇ ਉਹਦੀ ਛਾਤੀ ਨੂੰ ਸੇਕ ਦਿੰਦੀ ਰਹੀ ਸੀ ਤਾਂ ਕਿਤੇ ਜਾ ਕੇ ਉਹ ਤੁਰਨ ਫਿਰਨ ਜੋਗਾ ਹੋਇਆ ਸੀ ਸਾਰਾ ਟਬਰ ਖੋਇ ਸੀ ਸੁਖ ਸੁਖ ਸਾਦ ਨਾਲ ਲਹਿ ਗਈ ਸੀ ਫੇਰ ਵੀ ਮਟਕਣ ਲਾਲ ਦੀ ਮਾਂ ਨੂੰ ਮੁਰਮੁਰ ਸ਼ੱਕ ਪੈਂਦਾ ਵੀ ਕਿਤੇ ਉਹਦੀ ਸੱਸ ਤੇ ਨਹੀਂ ਕੋਈ ਹੋਰ ਸੁੱਖ ਨਾ ਸੁਖ ਲਈ ਹੋਵੇ ਜਿਹੜੀ ਉਹ ਪੂਰੀ ਨਾ ਕਰ ਸਕੇ ਹੁਣ ਇਸੇ ਕਰਕੇ ਤਾਂ ਮਟਕਣ ਲਾਲ ਨੂੰ ਨਾਤਾ ਨਹੀਂ ਸੀ ਚੜ ਰਿਹਾ ਉਹ ਮੁਰਮੁਰ ਧਰਤੀ ਤੇ ਨੱਕ ਰਗੜ ਕੇ ਵੱਡੇ-ਵਡੇਰਿਆਂ ਤੋਂ ਭੁੱਲਾਂ ਬਖਸ਼ਾਉਂਦੀ ਰਹਿੰਦੀ ਇਹ ਸਵੇਰਾ ਦੇਵਤਿਆਂ ਨੂੰ ਕੀ ਹੋ ਗਿਆ ਮੰਨਣ ਚ ਹੀ ਨਹੀਂ ਆਉਂਦੇ ਮਟਕਣ ਦੇ ਜੰਮਣ ਵਾਰੀ ਤਾਂ ਜਿਵੇਂ ਉਹ ਸੁੱਖ ਨੂੰ ਢੀਕ ਹੀ ਰਹੇ ਹੁਣ ਸੁਖ ਸੁਖੀ ਨਹੀਂ ਤੇ ਮਟਕਣ ਜੰਮਿਆ ਨਹੀਂ ਉਹ ਆਪੇ ਬੜਬੜਾ ਉੱਠਦੀ ਇੱਕ ਦਿਨ ਉਹਨੂੰ ਜਿਵੇਂ ਕੁਝ ਯਾਦ ਆ ਗਿਆ ਉਹਦੇ ਪੇਕੀ ਇੱਕ ਬੁੱਢੀ ਨੇ ਤੀਵੀਆਂ 'ਚ ਬੈਠਿਆ ਆਪ ਕਿਹਾ ਸੀ ਕਿ ਹੈਦਰ ਸ਼ੇਖ ਦੀ ਸੁਖ ਸੁਖੀ ਖਾਲੀ ਨਹੀਂ ਜਾਂਦੀ ਉਹਨੇ ਸਰੋਂ ਦਾ ਦੀਵਾ ਜਗਾਇਆ ਕੋਲ ਸਤਨਾਜਾ ਗੁੜ ਦੀ ਡਲੀ ਖੰਮਣੀ ਸੰਧੂਰ ਹੋਰ ਨਿਕ ਸੋਕੇ ਇੱਕ ਕੋਰੀ ਤੋੜੀ 'ਚ ਪਾ ਕੇ ਰੱਖਿਆ ਅੰਤਰ ਧਿਆਨ ਹੋ ਕੇ ਹੈਦਰ ਸ਼ੇਖ ਨੂੰ ਧਿਆਇਆ ਤੇ ਦਿਲੀ ਦਿਲ ਚ ਆਖਿਆ ਹੇ ਹੈਦਰ ਸ਼ੇਖ ਬਾਬਿਆ ਵਿਚਾਰਿਆ ਜੇ ਕਿਤੇ ਮੇਰੀ ਮਟਕਨ ਦੇ ਘਰ ਟੁੱਕ ਪੱਕਦਾ ਹੋ ਜੇ ਤੇਰੇ ਦਰਬਾਰ ਜੋੜੀ ਬੱਕਰਾ ਚੜਾ ਕੇ ਜਾਵੇ ਫੇਰ ਉਹਨੇ ਦੀਵੇ ਸਾਹਮਣੇ ਨੱਕ ਨਾਲ ਸੱਤ ਲਕੀਰਾ ਧਰਤੀ ਤੇ ਖਿੱਚੀਆਂ ਦਰਵਾਜ਼ੇ ਦੇ ਅੰਦਰ ਬਾਹਰ ਗੋਹਾ ਫੇਰਿਆ ਕੋਲੀ ਪਾਣੀ ਪਾਇਆ ਰਾਮ ਰਾਮ ਕਰਦੀ ਨੇ ਤੋੜੀ ਸਰਦਾ ਨਾਲ ਚੁੱਕ ਕੇ ਅਜੇ ਥਾਂ ਰੱਖਤੀ ਜਿੱਥੇ ਉਹਨੂੰ ਕੋਈ ਝੂਠੇ ਮਿੱਠੇ ਹੱਥ ਨਾ ਲਾ ਦੇਵੇ ਨਿਸ਼ਚਿੰਤ ਹੋ ਕੇ ਉਸ ਦਿਨ ਦੀ ਉਡੀਕ ਕਰਨ ਲੱਗੀ ਜਿਸ ਦਿਨ ਉਹਦੇ ਮਟਕਣ ਦੇ ਸੇਰੇ ਬੰਨਣੇ ਸੀ ਤੇ ਉਹਦੀਆਂ ਦੂਰੋਂ ਨੇੜਿਓਂ ਲੱਗਦੀਆਂ ਭੈਣਾਂ ਨੇ ਗਾਉਣਾ ਸੀ ਇਨਹੀ ਰਾਈ ਇਨਹੀ ਰਾਈ ਨਿਮਟਕਣ ਅੱਜ ਤੁਰਿਆ ਕਹਿੰਦੇ ਨੇ ਦਿਨ ਫਿਰਦਿਆਂ ਨੂੰ ਦੇਰ ਨਹੀਂ ਲੱਗਦੀ ਲੋਕਾਂ ਨੇ ਮਟਕਣ ਦੇ ਘਰ ਅੱਗੇ ਕੁੜੀਆਂ ਨੂੰ ਇਉਂ ਗਾਉਂਦਿਆਂ ਸੁਣਿਆ ਭਰੀਆਂ ਸਭਾਂ ਵਿੱਚ ਮਟਕਣ ਬੈਠਾ ਜਿਉਂ ਤਾਰਿਆਂ 'ਚ ਚੰਨਣੀ ਮਟਕਣ ਮੰਗਿਆ ਤਾਂ ਗਿਆ ਪਰ ਉਹ ਮਾਪਿਆਂ ਮੋੜਿਆ ੜੜ ਰਹਿੰਦਾ ਅ ਮੇਰੀ ਉਮਰ ਹੀ ਕੀ ਐ ਜੀ ਲੋਕ ਕਿ 35-35 ਸਾਲ ਦੇ ਵਿਆਹ ਕਰਾਉਂਦੇ ਐ ਮੈਨੂੰ ਕਿਹੜੀ ਆਖਰਾਂ ਚੱਲੀ ਐ ਤੇ ਉਹ ਬੜੀਆਂ ਦਲੀਲਾਂ ਦਿੰਦਾ ਦੋਵੇਂ ਮਾਪਿਓ ਜਦੋਂ ਬੜੇ ਪਿਆਰ ਨਾਲ ਉਹਨੂੰ ਪਲੋਸ ਕੇ ਸਮਝਾਉਂਦੇ ਤਾਂ ਉਹ ਡੁਸਕਣ ਲੱਗ ਪੈਂਦਾ ਕਦੇ ਪਿਓ ਦੀ ਗਲ ਕਦੇ ਮਾਂ ਦੇ ਗਰਦਨ 'ਚ ਬਾਹਾਂ ਪਾ ਕੇ ਉੱਚੀ ਉੱਚੀ ਰੋਣ ਲੱਗ ਪੈਂਦਾ ਸਿਸਕੀਆਂ ਲੈ ਲੈ ਨਿਆਣਿਆਂ ਵਾਂਗ ਜ਼ਿੱਦ ਕਰਦਾ ਕਹਿੰਦਾ ਮੈਂ ਨਹੀਂ ਮਾਂ ਵਿਆਹ ਕਰਾਉਂਦਾ ਪਰ ਉਹਦੀ ਸੁਣਦਾ ਕੋਣ ਸੀ ਸੋ ਨੂੰ ਹਾਰਨਾ ਪਿਆ ਘਰ ਉਹਦੇ ਪਤਨੀ ਚਮਕਨਾਜ਼ੂ ਨਾਰ ਜਦ ਉੱਤਰੀ ਤਾਂ ਬਹੁਤਿਆਂ ਦੇ ਦੰਦ ਜੁੜ ਗਏ ਸੀ ਮਟਕਣ ਮੱਲੇ ਦੇ ਮੁੰਡਿਆਂ ਨਾਲੋਂ ਬਾਜ਼ੀ ਲੈ ਗਿਆ ਸੀ ਉਹ ਇਹ ਗੱਲ ਮਟਕਣ ਨੂੰ ਉਹਦੀਆਂ ਚੁਲਬੁਲੀਆਂ ਭਾਬੀਆਂ ਨੇ ਆਪ ਆਖੀ ਸੀ ਤੇ ਉਹਨਾਂ ਚੰਮਲ ਚੰਮਲ ਸਿਠਣੀਆਂ ਦਿੱਤੀਆਂ ਸੀ ਮਟਕਣ ਕੁੜੀਓਂ ਇਉਂ ਬੈਠਾ ਜਿਉਂ ਫੁੱਟੇ ਪੜੋਲੇ ਦਾ ਥਲਾ ਨ ਕਮਿਆਂ ਕੰਮ ਕਰਵੇ ਤੂੰ ਕਿਉਂ ਬੈਠਾ ਨਿ ਚੱਲਾ ਤੇ ਕਦੇ ਕਹਿੰਦੀਆਂ ਮਟਕਣ ਜੁੜ ਜਾ ਬਨੋਂ ਦੇ ਨਾਲ ਬਨੋ ਤੇਰੀ ਕੀ ਲੱਗਦੀ ਤੇ ਦੂਜੇ ਪਾਸਿਓਂ ਬੋਲ ਉੱਠਦੀ ਨੀ ਇਹ ਕਿਵੇਂ ਜੁੜੇ ਬਨੋਂ ਨਾਲ ਬਨੋ ਇਹਦੀ ਮਾਂ ਲੱਗਦੀ ਮਟਕਨ ਲਾਲ ਖੁੰਝੇ ਜਿਹਾ ਬਠਾ ਸੁੰਘੜਦਾ ਜਾਂਦਾ ਤੇ ਲਾਜਵੰਤੀ ਦੇ ਬੂਟੇ ਵਾਂਗ ਘਮਲਾਉਂਦਾ ਜਾਂਦਾ ਜਦੋਂ ਉਹਦੀਆਂ ਭਾਬੀਆਂ ਉਹਨੂੰ ਖਿੱਚ ਕੇ ਨਵੀਂ ਬੰਨੋ ਕੋਲ ਲੈ ਜਾਣ ਦੀ ਕੋਸ਼ਿਸ਼ ਕਰਦੀਆਂ ਉਹ ਕੰਬ ਉੱਠਦਾ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਉਹਦੇ ਮੱਥੇ ਤੇ ਤਰੀਲੀਆਂ ਛੁੱਟ ਛੁੱਟ ਜਾਂਦੀਆਂ ਉੱਠ ਉੱਠ ਬਾਹਰ ਨੂੰ ਭੱਜਦਾ ਦਿਨ ਲੰਘਦੇ ਗਏ ਮਟਕਨ ਲਾਲ ਪਹਿਲਾਂ ਵਾਂਗ ਮਹੱਲਿਆਂ 'ਚ ਫਿਰਨ ਦੀ ਥਾਂ ਦੁਕਾਨ ਤੇ ਬੈਠਣ ਲੱਗਾ ਘਰ ਜਾ ਕੇ ਰੋਟੀ ਖਾਣ ਦੀ ਥਾਂ ਉਹ ਹਟ ਤੇ ਹੀ ਮੰਗਵਾ ਲੈਂਦਾ ਭੀ ਉਹਦੇ ਜ਼ੋਰ ਦੇਣ ਤੇ ਵੀ ਉਹ ਘਰ ਰੋਟੀ ਖਾਣ ਨਾ ਜਾਂਦਾ ਸਾਰਾ ਕਿੰਨਾ ਸੰਗਦਾ ਉਹਦਾ ਪਿਓ ਮਾਨੀ ਮਨ ਸੋਚਦਾ ਉਹਨੂੰ ਆਪਣੀ ਜਵਾਨੀ ਯਾਦ ਆ ਜਾਂਦੀ ਐ ਅੰਗੜਾਈ ਲੈ ਕੇ ਉਹ ਰੋਜ਼ ਨਾਮਚਾ ਭਰਨ ਲੱਗ ਪੈਂਦਾ ਉਹਨਾਂ ਮਟਕਣ ਦੀ ਮਾਂ ਨੂੰ ਆਪਣੀ ਨੂੰ ਵਿਆਹੀ ਵਿਆਹ ਕੇ ਤਸੱਲੀ ਸੀ ਉਹ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਉਹਨੂੰ ਗੀਤਾ ਪੜ੍ਹ ਕੇ ਸੁਣਾਉਂਦੀ ਪਰ ਇੱਕ ਗੱਲ ਉਹਨੂੰ ਬੜੀ ਚੁਪਦੀ ਸੀ ਮੌਕਮ ਦੇਵੀ ਮਟਕਣ ਦੇ ਘਰ ਵਾਲੇ ਦੇ ਮੂੰਹ ਤੇ ਖੇੜਾ ਕਦੀ ਨਹੀਂ ਸੀ ਆਇਆ ਉਹ ਟੈਕਦੀ ਨਹੀਂ ਸੀ ਪਰ ਮੋਕਮ ਦੇਵੀ ਸੀ ਕਿ ਜਿਵੇਂ ਮੂੰਹ ਤੇ ਜ਼ੁਬਾਨ ਨਾ ਹੋਵੇ ਸਗੋਂ ਨੀਵੀਂ ਪਾਲਣ ਦੀ ਜਦੋਂ ਕਦੇ ਅਜਿਹੀ ਗੱਲ ਹੁੰਦੀ ਇੱਕ ਦਿਨ ਜਦੋਂ ਮਟਕਣ ਲਾਲ ਦੀ ਮਾਂ ਜ਼ੇਦੀ ਪੈ ਗਈ ਤਾਂ ਉਹਨੇ ਸਾਫ਼-ਸਾਫ਼ ਦੱਸਦਾ ਕਹਿਣ ਲੱਗੀ ਮਾਂ ਜੀ ਮੇਰਾ ਘਰ ਵਿਹਲੀ ਬੈਠੀ ਦਾ ਜੀ ਨਹੀਂ ਲੱਗਦਾ ਪਿਤਾ ਜੀ ਨੂੰ ਆਖੋ ਨਾ ਕਿ ਮੈਨੂੰ ਇੱਥੇ ਕਿਸੇ ਸਕੂਲ ਚ ਮਾਸਟਰ ਨਹੀਂ ਲਗਵਾ ਦੇਣ ਕਿ ਕਿ ਵੀ ਤਾਂ ਮੈਂ ਇੱਕ ਪ੍ਰਾਈਵੇਟ ਸਕੂਲ ਚ ਪੜਾਉਂਦੀ ਰਹੀ ਆ ਮਟਕਣ ਦੀ ਮਾਂ ਦਾ ਜਿਵੇਂ ਅੰਦਰ ਹਰਾ ਹੋ ਗਿਆ ਹੋਵੇ ਘਰ ਦੇ ਕੰਮ ਦਾ ਕੀ ਹੈ ਅੱਗੇ ਵੀ ਤਾਂ ਮੈਂ ਇਕੱਲੀ ਕਰਦੀ ਰਹੀ ਆ ਬੰਨੀ ਰੁੰਨੀ ਰਕਮ ਘਰ ਆਇਆ ਕਰੂ ਮੇਂ ਜਾਓ ਬਾਲ ਜਾਓ ਸਾਡੇ ਪੈਸੇ ਖਰੇ ਮਟਕਨ ਦੀ ਮਾਂ ਨੇ ਅਜੇ ਆ ਬੜਾ ਕੁਝ ਸੋਚਿਆ ਪਰ ਉਪਰੋਂ ਮੂੰਹ ਉਧਰਾ ਕੇ ਕਹਿਣ ਲੱਗੀ ਨੌਪੁੱਤ ਤੂੰ ਫੁੱਲਰ ਗਈ ਮੇਰੀ ਨੂੰ ਹੁਣੇ ਹੁਣੇ ਤੈਨੂੰ ਕੰਮ ਚ ਪਾ ਦਿਆ ਅਜੇ ਤਾਂ ਤੁਹਾਡੇ ਖੇਲਣ ਮੱਲਣ ਦੇ ਦਿਨ ਨੇ ਸੁਖ ਨਾਲ ਇਹ ਗੱਲ ਸੁਣ ਕੇ ਮੋਕਮ ਦੇਵੀ ਦੀਆਂ ਅੱਖਾਂ ਭਰ ਆਈਆਂ ਆਪਣੀ ਸੱਸ ਦੇ ਗੱਲ ਲਾ ਕੇ ਉੱਚੀ ਉੱਚੀ ਰੋਣ ਲੱਗ ਪਈ ਰੋਂਦੀ ਰਹੀ ਰੋਂਦੀ ਰਹੀ ਅਖੀਰ ਉਹਨਾਂ ਦਾ ਕੰਮ ਬਾਣੀ ਗਿਆ ਉਹ 60 ਰੁਪਏ ਮਹੀਨੇ ਤੇ ਇੱਕ ਪ੍ਰਾਈਵੇਟ ਸਕੂਲ ਚ ਪੜਾਉਣ ਲੱਗ ਪਈ। ਅਜੇ ਉਹਨੂੰ ਮਾਸਟਰ ਨਹੀਂ ਲੱਗੇ ਨੂੰ ਪੂਰਾ ਮਹੀਨਾ ਵੀ ਨਹੀਂ ਸੀ ਹੋਇਆ ਕਿ ਉਹਦੇ ਸੁਭਾਅ ਚ ਤਬਦੀਲੀ ਆਉਣ ਲੱਗੀ। ਉਹਨੇ ਕਿਨਿਕੀ ਗੱਲ ਤੇ ਆਪਣੇ ਸੱਸ ਨਾਲ ਲੜ ਪੈਂਦੀ। ਮਾੜੀ ਮਾੜੀ ਗੱਲ ਤੇ ਸਾਰੇ ਟੱਬਰ ਚ ਉਹਦੀ ਬੇਇੱਜ਼ਤੀ ਕਰ ਦਿੰਦੀ। ਮਟਕਨ ਲਾਲ ਕੋਲ ਬੈਠਾ ਮਟਕਨ ਲਾਲ ਕੋਲ ਬੈਠਾ ਮੁਟਕ ਮੁਟਕ ਵੇਖਦਾ ਰਹਿੰਦਾ। ਉਹਦਾ ਪਿਓ ਹੰਜੀ ਨੀ ਵੀ ਪਾ ਲੈਂਦਾ। ਜਦੋਂ ਕਲੇਸ਼ ਜ਼ਿਆਦਾ ਹੀ ਵਧ ਗਿਆ ਤਾਂ ਮਟਕਨ ਦੀ ਮਾਂ ਆਪਣੇ ਪੇਕੇ ਚਲੀ ਗਈ। ਦੋ ਤਿੰਨ ਦਿਨ ਲਗਾਤਾਰ ਮਟਕਣ ਦੇ ਚੁੱਕਾ ਹੀ ਘਰ ਨਹੀਂ ਸੀ ਗਿਆ ਤੇ ਹੁਣ ਉਹਦੀ ਹਾਲਤ ਵੇਖਣ ਵਾਲੀ ਸੀ ਅੱਜ ਉਹਦਾ ਬਾਪ ਉੱਠ ਕੇ ਘਰੋਂ ਤੁਰ ਗਿਆ ਸੀ ਕਈ ਘੰਟੇ ਉਹਨੂੰ ਇਸ ਤਰ੍ਹਾਂ ਸੋਚਦੇ ਸੋਚਦੇ ਨੂੰ ਲੰਘ ਗਏ ਅਖੀਰ ਉੱਠ ਕੇ ਸ਼ਹਿਰ ਵੱਲੋਂ ਤੁਰ ਪਿਆ ਦੁਕਾਨ ਮੂਹਰੇ ਚੌਂਤਰੇ ਤੇ ਬੈਠਾ ਉਹਦਾ ਬਾਪ ਉਹ ਵਾਸੀਆਂ ਲੈ ਰਿਹਾ ਸੀ ਪਹਿਲੇ ਦਿਨ ਉਹ ਪਿਓ ਪੋਤੇ ਇੱਕ ਦੂਜੇ ਨਾਲ ਵੱਟੇ-ਵੱਟੇ ਰਹੇ ਦੂਜੇ ਦਿਨ ਮਟਕਣ ਆਪਣੇ ਪਿਓ ਨੂੰ ਸਿੱਧੀਆਂ ਗਾਲਾਂ ਕੱਢ ਰਿਹਾ ਸੀ ਜਿਵੇਂ ਉਹਦਾ ਕੁਝ ਨਾ ਲੱਗਦਾ ਹੋਵੇ ਤੇ ਤੀਜੇ ਦਿਨ ਉਹ ਇੱਕ ਡਾਕਟਰ ਦੀ ਦੁਕਾਨ ਤੇ ਇਕੱਠ ਕਰੀ ਖੜਾ ਸੀ। ਉਹ ਡਾਕਟਰ ਨੂੰ ਗਾਲਾਂ ਕੱਢ ਰਿਹਾ ਸੀ ਉੱਚੀ ਉੱਚੀ ਕਹਿ ਰਿਹਾ ਸੀ। ਤੈਨੂੰ ਡਾਕਟਰ ਕਿਹੜੇ ਕੰਜਰ ਨੇ ਬਣਾਇਆ? ਦਵਾਈ ਮੈਂ ਖਾ ਰਿਆਂ, ਦਾੜੀ ਮੇਰੀ ਘਰ ਵਾਲੀ ਨੂੰ ਉਤਰ ਰਹੀ ਹੈ। ਉਹ ਤੋਂ ਅਗਲੇ ਦਿਨ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਕਿ ਮਟਕਨ لال ਪਾਗਲ ਹੋ ਗਿਆ ਹੈ। ਉਹਦੇ ਪਿੱਛੇ 10-10 15-15 ਨਿਆਣਿਆਂ ਦੀਆਂ ਟੋਲੀਆਂ ਲੱਗੀਆਂ ਫਿਰਦੀਆਂ। ਪਿੱਛੋਂ ਆਵਾਜ਼ਾਂ ਪੈ ਰਹੀਆਂ ਖੋ ਜਾ ਓਏ, ਖੋ ਜਾ ਓਏ ਜਨਾਨੜਾ ਓਏ। ਤਾਂ ਉਹ ਅਗੋਂ ਚੁੱਪ ਨਾ ਰਹਿੰਦਾ ਸਗੋਂ ਨਖਰੇ ਨਾਲ ਠੋਡੀ ਤੇ ਹੱਥ ਰੱਖ ਰੱਖ ਕੇ ਕਹਿੰਦਾ ਖੜੋ ਤੁਹਾਡੇ ਦਾਦੇ ਮੰਗਿਆਵਾ ਘਰ ਮਾਵਾਂ ਭੈਣਾ ਨਹੀਂ ਉਹਨਾਂ ਨੂੰ ਕਰੋ ਮੁਖੌਲ ਜਾ ਕੇ ਤੇ ਕਦੇ ਕਦੇ ਲੋਕਾਂ ਉਹਨੂੰ ਇਹ ਵੀ ਕਹਿੰਦੇ ਆ ਸੁਣਿਆ ਉਹ ਚਲਦੀ ਦਾ ਨਾਂ ਗੱਡੀ ਆ ਭਾਈ ਕੋਈ ਕਿਸੇ ਦਾ ਪੁੱਤ ਨਹੀਂ ਕੋਈ ਕਿਸੇ ਦਾ ਪਿਓ ਨਹੀਂ ਕੋਈ ਕਿਸੇ ਦਾ ਸਹਰਾ ਨਹੀਂ ਕੋਈ ਕਿਸੇ ਦੀ ਨੂੰ ਨਹੀਂ ਚਲਦੀ ਦਾ ਨਾਂ ਗੱਡੀ ਐ ਭਾਈ ਕੁਝ ਦਿਨਾਂ ਪਿੱਛੋਂ ਮਟਕਣ ਲਾਲ ਲਾਪਤਾ ਹੋ ਗਿਆ ਉਹਦੀ ਮਾਂ ਰੋਂਦੀ ਪਿੱਟ ਦੀ ਪੇਕਿਆਂ ਤੋਂ ਆ ਗਈ ਮਟਕਣ ਦੀ ਸਾਰੇ ਭਾਲ ਕੀਤੀ ਗਈ ਪਰ ਕੋਈ ਪਤਾ ਨਾ ਲੱਗਿਆ ਅਖੀਰ ਸੱਸ ਨੂੰ ਰੋ ਪਿੱਟ ਕੇ ਹੰਬ ਗਈਆਂ ਬਿਆਸੋ ਕੇ ਬੈਠ ਗਈਆਂ ਇੱਕ ਦਿਨ ਕੋਠੀ ਚੋਂ ਕੋਈ ਚੀਜ਼ ਕੱਢਣ ਲੱਗਿਆ ਮਟਕਣ ਦੀ ਮਾਂ ਨੂੰ ਇੱਕ ਕੋਰੀ ਤੌੜੀ ਹੱਥ ਲੱਗੀ ਉਹਦਾ ਝੱਟ ਮੱਥਾ ਠਣਕ ਗਿਆ ਮਟਕਣ ਦੇ ਵਿਆਹ ਪਿਛੋਂ ਨਾ ਹੈਦਰ ਸੁਖ ਸ਼ੇਖ ਦੀ ਸੁਖ ਨਹੀਂ ਸੀ ਲਾਈ ਇਸ ਕਰਕੇ ਤਾਂ ਮੁੰਡਾ ਕਮਲਾ ਹੋ ਗਿਆ ਏ ਹੈਦਰ ਸ਼ੇਖ ਬਾਬਿਆ ਵਿਚਾਰਿਆ ਸਾਨੂੰ ਭੁੱਲਣ ਹਾਰਾਂ ਨੂੰ ਬਖਸ਼ੇ ਉਹਨੇ ਧਰਤੀ ਤੇ ਸੱਤ ਵਾਰ ਨੱਕ ਰਗੜਿਆ ਤੇ ਜਦੋਂ ਇਹ ਗੱਲ ਉਹਨੇ ਆਪਣੇ ਘਰ ਵਾਲੇ ਕੋਲ ਕੀਤੀ ਤਾਂ ਮੋਕਮ ਦੇ ਵੀ ਦਹਾਸਾ ਨਿਕਲ ਗਿਆ ਕਦੇ ਮਾਂ ਜੀ ਇਦਾਂ ਸੁੱਖਾਂ ਨਾਲ ਵੀ ਕੋਈ ਪਾਗਲ ਹੋ ਸਕਦਾ ਉਸ ਆਪਣੀ ਸੱਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੁੱਢੀ ਕਿੱਥੇ ਮੰਨਣ ਵਾਲੀ ਸੀ ਉਹ ਅੜ ਕੇ ਬੈਠ ਗਈ ਮਟਕਣ ਦੇ ਪਿਓ ਨੂੰ ਖੜੇ ਪੈਣੀ 20 ਰੁਪਏ ਖਰਚ ਕੇ ਬੱਕਰਾ ਲਿਆਉਣਾ ਪਿਆ ਤੇ ਜਦੋਂ ਮਟਕਣ ਦਾ ਪਿਓ ਹੱਥ 'ਚ ਬੱਕਰੇ ਦਾ ਰੱਸਾ ਫੜੀ ਤੇ ਨੂੰ ਸੱਸੋ ਦੇ ਪਿੱਛੇ-ਪਿੱਛੇ ਮੋਤੀ ਬਾਜ਼ਾਰ ਮਲੇਰਕੋਟਲੇ ਵਿੱਚ ਦੀ ਲੰਘ ਰਹੀਆਂ ਸਨ ਤਾਂ ਉਹਨਾਂ ਦੀ ਨਜ਼ਰ ਹੀ ਇਕੱਠ ਤੇ ਪਈ ਇੱਕ ਦੁਕਾਨ ਦੇ ਸਾਹਮਣੇ ਦੋ ਹੀ ਜਿਹੜੇ ਨੱਚ ਰਹੇ ਸਨ ਉਮੜ-ਮੁੜ ਮੁੰਡਾ ਜੰਮਣ ਦੀਆਂ ਵਧਾਈਆਂ ਦੇ ਰਹੇ ਸਨ ਖੁੰਝੇ 'ਚ ਬੈਠਾ ਇੱਕ ਨੌਜਵਾਨ ਮਸਤ ਹੋਇਆ ਢੋਲਕੀ ਵਜਾ ਰਿਹਾ ਸੀ ਮੋਕਮ ਦੇਵੀ ਗੱਜ ਖਾ ਕੇ ਡਿੱਗ ਪਈ ਉਹਦੀ ਸੱਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੱਠ ਦੇ ਸਾਰੇ ਆਦਮੀ ਪਛਾਣ ਨੂੰ ਮੁੜ ਕੇ ਵੇਖਣ ਲੱਗੇ ਹੀ ਜੜਿਆਂ ਨੇ ਨੱਚਣਾ ਛੱਡ ਦਿੱਤਾ ਦੂਰ ਪਰਮ ਬੱਕਰਾ ਲਈ ਜਾਂਦੇ ਮੋਕਮ ਦੇਵੀ ਦੇ ਸਹੁਰੇ ਨੇ ਜਦੋਂ ਪਛਾਹ ਮੁੜ ਕੇ ਵੇਖਿਆ ਤਾਂ ਕੰਨਾਂ 'ਚ ਤੁੰਗਲ ਪਾਈ ਦੋਵੇਂ ਗੋਡੇ ਢੋਲਕੀ ਤੇ ਰੱਖੀ ਮਟਕਣ ਲਾਲ ਖੋਜਾ ਆਪਣੇ ਪਿਓ ਵੱਲ ਮਟਕ-ਮਟਕ ਵੇਖ ਰਿਹਾ ਸੀ 干的、啊